Hello friends. ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਲੀ 87 ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਬਾਏ ਜੌਨ ਈਸਟਵੁੱਡ ਔਰ ਉਸ ਦੀ ਐਕਸਰਸਾਈਜ਼ ਹੈ ਜਿਹੜੀ ਉਹ ਆਪਾਂ ਕਰਾਂਗੇ 128 ਨੰਬਰ ਬਟ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਆ ਜਿਹੜੀ ਸ਼ੇਅਰ ਕਰਨਾ ਚਾਹੁੰਦਾ ਮਤਲਬ ਕਿ ਤੁਹਾਨੂੰ ਬੇਨਤੀ ਹੀ ਕਰਨਾ ਚਾਹੁੰਦਾ ਕਿ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਕੀ ਕਰਦੇ ਨੇ ਆਪਣੀ ਜਿਹੜੀ ਵੀਡੀਓ ਹੈ ਉਸ ਨੂੰ ਆਨਲਾਈਨ ਨਹੀਂ ਦੇਖਦੇ ਮਤਲਬ ਕਿ ਡਾਊਨਲੋਡ ਕਰ ਲੈਂਦੇ ਨੇ ਹਾਲਾਂਕਿ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹ ਆਪਣੀ ਵੀਡੀਓਜ਼ ਦੇਖਦੇ ਨੇ ਬਟ ਆਨਲਾਈਨ ਨਹੀਂ ਦੇਖਦੇ ਸੋ ਇੱਕ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਘੱਟ ਤੋਂ ਘੱਟ ਇੱਕ ਵਾਰ ਵੀਡੀਓ ਨੂੰ ਆਨਲਾਈਨ ਜ਼ਰੂਰ ਦੇਖਿਆ ਕਰੋ ਤਾਂ ਕਿ ਮੈਨੂੰ ਵੀ YouTube ਦੇ ਉੱਪਰ ਥੋੜੇ ਵਿਊਜ਼ ਨੇ ਜਿਹੜੇ ਉਹ ਮਿਲਣ ਕਿਉਂਕਿ ਜੇਕਰ ਮੈਨੂੰ ਬੈਨੀਫਿਟ ਇਸ ਦਾ ਨਹੀਂ ਮਿਲੇਗਾ ਤਾਂ ਮੈਨੂੰ ਮਤਲਬ ਕਿ ਅੱਗੇ ਤੋਂ ਜਿਹੜੀਆਂ ਵੀਡੀਓਜ਼ ਨੇ ਉਹ ਬਣਾਉਣ ਦੇ ਲਈ ਹੌਸਲਾ ਜਿਹੜਾ ਉਹ ਨਹੀਂ ਮਿਲੇਗਾ ਤਾਂ ਹੋ ਸਕਦਾ ਹੈ ਸ਼ਾਇਦ ਇਸ ਤੋਂ ਅੱਗੇ ਮੈਂ ਵੀਡੀਓਜ਼ ਨੇ ਜਿਹੜੀਆਂ ਉਹ ਬਣਾਉਣੀਆਂ ਬੰਦ ਕਰ ਦੇਵਾਂ ਸੋ ਜੇਕਰ ਤੁਸੀਂ ਚਾਹੁੰਦੇ ਹੋ ਮੈਂ ਅੱਗੇ ਵੀ ਕੰਟੀਨਿਊ ਰੱਖਾਂ ਇਸੇ ਤਰ੍ਹਾਂ ਤੁਹਾਡੇ ਲਈ ਵੀਡੀਓਜ਼ ਨੇ ਜਿਹੜੀਆਂ ਬਣਾਵਾਂ ਤਾਂ ਐਟ ਲੀਸਟ ਇੱਕ ਵਾਰ ਜ਼ਰੂਰ ਵੀਡੀਓ ਨੂੰ ਆਨਲਾਈਨ ਦੇਖਿਆ ਕਰੋ ਪੂਰੀ ਵੀਡੀਓ ਜਿਹੜੀ ਇੱਕ ਵਾਰ ਆਨਲਾਈਨ ਦੇਖਿਆ ਕਰੋ ਉਸ ਤੋਂ ਬਾਅਦ ਤੁਸੀਂ ਡਾਊਨਲੋਡ ਕਰ ਸਕਦੇ ਹੋ ਸੋ ਇੰਨੀ ਹੀ ਤੁਹਾਨੂੰ ਬੇਨਤੀ ਸੀ ਤੋਂ ਅੱਗੇ ਦੇਖੋ ਆਪਣੀ ਜਿਹੜੀ ਐਕਸਰਸਾਈਜ਼ ਹੈ ਇਹ ਆਪਾਂ ਸ਼ੁਰੂ ਕਰਦੇ ਹਾਂ 128 ਨੰਬਰ ਇਸ ਦੇ ਵਿੱਚ ਕੀ ਕਰਨਾ ਹੈ ਫਰੇਜ਼ਲ ਵਰਬ ਫਰੇਜ਼ਲ ਵਰਬ ਦੇਖੋ ਕੀ ਹੁੰਦੇ ਨੇ ਵਰਬ ਪਲੱਸ ਐਡਵਰਬ ਜਾਂ ਫਿਰ ਵਰਬ ਪਲੱਸ ਪ੍ਰੈਪੋਜੀਸ਼ਨ ਜਦੋਂ ਕਿਸੇ ਵਰਬ ਦੇ ਨਾਲ ਐਡਵਰਬ ਮਿਲ ਕੇ ਜਾਂ ਫਿਰ ਕਿਸੇ ਵਰਬ ਦੇ ਨਾਲ ਇੱਕ ਪ੍ਰੈਪੋਜੀਸ਼ਨ ਮਿਲ ਕੇ ਉਸ ਦਾ ਇੱਕ ਅਲੱਗ ਮੀਨਿੰਗ ਬਣਦਾ ਤਾਂ ਉਸ ਨੂੰ ਬੋਲਦੇ ਨੇ ਫਰੇਜ਼ਲ ਵਰਬ ਬਹੁਤ ਸਾਰੀਆਂ ਫਰੇਜ਼ਲ ਵਰਬਸ ਨੇ ਬਟ ਕੁਝ ਕਿ ਨੇ ਜਿਹੜੀਆਂ ਮੈਂ ਤੁਹਾਡੇ ਲਈ ਇੱਥੇ ਲਿਖੀਆਂ ਨੇ ਜੋ ਆਪਾਂ ਨੂੰ ਯੂਜ਼ ਹੋਣਗੀਆਂ ਤਾਂ ਇਹਨਾਂ ਦਾ मीनिंग ਹੈ ਜਿਹੜਾ ਤੁਸੀਂ ਨਹੀਂ ਯਾਦ ਰੱਖਣਾ ਆਪਣੀ ਨੋਟਬੁੱਕ ਦੇ ਉੱਪਰ ਲਿਖ ਕੇ ਰੱਖਣਾ ਹੁਣ ਆਪਾਂ ਨੇ ਕਰਨਾ ਕੀ ਹੈ ਦੇਖੋ ਇਸ ਦੇ ਵਿੱਚ ਵਰਕ ਆਊਟ ਦਾ मीनिंग ਆਫ ਥੀਜ਼ ਫਰੇਜ਼ਲ ਵਰਬਸ ਇਹ ਜਿਹੜੇ ਫਰੇਜ਼ਲ ਵਰਬਸ ਨੇ ਇਹਨਾਂ ਦਾ मीनिंग ਹੈ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦਾ मीनिंग ਪਤਾ ਕਰੋ ਐਂਡ ਪੁੱਟ ਥੈਮ ਅਤੇ ਇਹਨਾਂ ਨੂੰ ਪੁੱਟ ਕਰੋ ਇਨ ਦਾ ਰਾਈਟ ਸੈਂਟੈਂਸ ਰਾਈਟ ਸੈਂਟੈਂਸ ਦੇ ਵਿੱਚ ਇਹਨਾਂ ਨੂੰ ਪੁੱਟ ਕਰਨਾ ਜਿੰਨੀਆਂ ਵੀ ਆਪਾਂ ਨੂੰ ਫਰੇਜ਼ਲ ਵਰਬਸ ਨੇ ਇਹ ਦੇਖੋ ਆਪਾਂ ਨੂੰ ਇਹ ਸੈਂਟੈਂਸਸ ਨੇ ਜਿਹੜੇ ਇਹਨਾਂ ਦੇ ਵਿੱਚ ਪੁੱਟ ਕਰਨਾ ਔਰ ਆਪਾਂ ਨੇ ਇਹ ਦੇਖਣਾ ਕਿਹੜੇ ਸੈਂਟੈਂਸ ਦੇ ਵਿੱਚ ਇਹਨਾਂ ਚੋਂ ਕਿਹੜੀ ਫਰੇਜ਼ਲ ਵਰਬ ਹੈ ਜਿਹੜੀ ਉਹ ਆਏਗੀ ਟੁਕ ਮੀ ਸੋ ਉਸ ਦੇ ਲਈ ਆਪਾਂ ਨੂੰ ਇਹਨਾਂ ਦੇ मीनिंग ਨੇ ਜਿਹੜੇ ਉਹ ਪਤਾ ਹੋਣੇ ਚਾਹੀਦੇ ਨੇ ਔਰ ਜਿਹੜਾ ਸੈਂਟੈਂਸ ਇਹਨਾਂ ਨੇ ਆਪਾਂ ਨੂੰ ਦਿੱਤਾ ਏਸ ਦੀ ਆਪਾਂ ਨੂੰ ਪੰਜਾਬੀ ਜਿਹੜੀ ਟਰਾਂਸਲੇਟ ਕਰਨੀ ਆਉਣੀ ਚਾਹੀਦੀ ਹੈ ਹਾਲਾਂਕਿ ਪਹਿਲਾਂ ਤੋਂ ਮੈਂ ਬਲੈਂਕਸ ਦੇ ਵਿੱਚ ਜਿਹੜੀ ਫਰੇਜ਼ਲ ਵਰਬਸ ਨੇ ਉਹ ਮੈਂ ਲਿਖ ਦਿੱਤੇ ਨੇ ਬਟ ਇਹ ਆਏ ਕਿਸ ਤਰ੍ਹਾਂ ਇਹ ਤੁਹਾਨੂੰ ਮੈਂ ਜ਼ਰੂਰ ਸਮਝਾਵਾਂਗਾ ਇਸ ਦੀ ਟ੍ਰਾਂਸਲੇਟ ਕਰਕੇ ਪੰਜਾਬੀ ਕਿਹੜਾ ਫਰੇਜ਼ਲ ਵਰਬ ਆਇਆ ਔਰ ਕਿਉਂ ਆਇਆ ਇਹ ਆਪਾਂ ਜਰੂਰ ਸਮਝਾਂਗੇ ਉਸ ਤੋਂ ਪਹਿਲਾਂ ਸਾਰੇ ਹੀ ਜਿਹੜੇ ਫਰੇਜ਼ਲ ਵਰਬਸ ਨੇ ਇਹਨਾਂ ਦੇ ਮੀਨਿੰਗ ਤੁਸੀਂ ਦੇਖੋ ਸਭ ਤੋਂ ਪਹਿਲਾਂ ਕਮਬੈਕ ਦੇਖੋ ਕੁਝਕ ਤਾ ਫਰੇਜ਼ਲ ਵਰਬ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਜਿਹੜਾ ਮੀਨਿੰਗ ਆਬਵੀਅਸ ਹੁੰਦਾ ਆਪਾਂ ਨੂੰ ਪੜ੍ਹ ਕੇ ਹੀ ਪਤਾ ਚੱਲ ਜਾਂਦਾ ਜਿਸ ਤਰ੍ਹਾਂ ਕਮਬੈਕ ਕਮਬੈਕ ਮਤਲਬ ਕਿ ਵਾਪਸ ਆਉਣਾ ਕਮ ਇਨ ਕਮ ਇਨ ਦਾ ਮਤਲਬ ਕਿ ਅੰਦਰ ਆਉਣਾ ਆਪਾਂ ਜਿਵੇਂ ਕਿਸੇ ਨੂੰ ਕਹੀਏ ਕੋਈ ਮੰਨ ਲਓ ਬਾਹਰ ਆਪਣਾ ਦੋਸਤ ਖੜ੍ਹਾ ਆਪਾਂ ਉਸ ਨੂੰ ਕਹੀਏ ਪਲੀਜ਼ ਕਮ ਇਨ ਜਾਂ ਫਿਰ ਆਪਾਂ ਕਮ ਇਨ ਕਮ ਇਨ ਮਾਈ ਹੋਮ ਹਨਾ ਕੁਝ ਵੀ ਕਹਿ ਸਕਦੇ ਆ ਮਤਲਬ ਕਿ ਅੰਦਰ ਆਉਣਾ ਤੁਸੀਂ ਸਮਝ ਸਕਦੇ ਉਸਦਾ मीनिंग ਕੱਟ ਆਊਟ ਦੇਖੋ ਕੱਟ ਆਊਟ ਦਾ ਮਤਲਬ ਹੁੰਦਾ ਹੈ ਅਲੱਗ ਕਰਨਾ ਕੱਟ ਆਊਟ ਮੰਨ ਲਓ ਆਪਾਂ ਕੋਈ ਕਾਪੀ ਦੇ ਪੇਜ ਨੂੰ ਅਖਬਾਰ ਦੇ ਪੇਜ ਨੂੰ ਵਿੱਚੋਂ ਕੱਟ ਕਰਕੇ ਉਸ ਨੂੰ ਅਲੱਗ ਕਰਦੇ ਆ ਕੱਟਦੇ ਆ ਤਾਂ ਉਸ ਨੂੰ ਉੱਥੇ ਆਪਾਂ ਕੱਟ ਆਊਟ ਦਾ ਯੂਜ਼ ਕਰ ਸਕਦੇ ਆ ਫਾਲੋਓਵਰ ਫਾਲੋਓਵਰ ਦਾ ਮਤਲਬ ਹੁੰਦਾ ਡਿੱਗਣਾ ਦੇਖੋ ਡਿੱਗਣਾ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਤਾਂ ਡਿੱਗਣਾ ਹੁੰਦਾ ਆਪਾਂ ਕਿਸੇ ਦਰਖਤ ਤੋਂ ਡਿੱਗੇ ਜਾਂ ਫਿਰ ਕਿਸੇ ਕੰਧ ਤੋਂ ਡਿੱਗੇ ਹਨਾ ਕਿਸੇ ਉੱਪਰੋਂ ਕਿਸੇ ਚੀਜ਼ ਤੋਂ ਡਿੱਗੇ ਛੱਤ ਤੋਂ ਡਿੱਗੇ ਔਰ ਇੱਕ ਡਿੱਗਣਾ ਹੁੰਦਾ ਮੰਨ ਲਓ ਆਪਾਂ ਗਰਾਊਂਡ ਤੇ ਹੀ ਖੜਿਆ ਔਰ ਆਪਾਂ ਚੱਕਰ ਆ ਕੇ ਗਰਾਊਂਡ ਤੋਂ ਹੀ ਆਪਾਂ ਉੱਥੇ ਫਿਸਲ ਕੇ ਡਿੱਗ ਪਏ ਜਾਂ ਫਿਰ ਫਿਸਲ ਕੇ ਡਿੱਗ ਪਏ ਜਾਂ ਫਿਰ ਚੱਕਰਾ ਕੇ ਡਿੱਗ ਪਏ ਜਿਹੜਾ ਆਪਾਂ ਗਰਾਊਂਡ ਤੋਂ ਹੀ ਚੱਕਰਾ ਕੇ ਡਿੱਗਦੇ ਆ ਜਾਂ ਫਿਰ ਫਿਸਲ ਕੇ ਡਿੱਗਦੇ ਆ ਉਹ ਹੁੰਦਾ ਫਾਲ ਓਵਰ ਜੇਕਰ ਆਪਾਂ ਕਿਸੇ ਦਰਖਤ ਤੋਂ ਜਾਂ ਕੰਧ ਤੋਂ ਡਿੱਗਦੇ ਆ ਉਹ ਹੁੰਦਾ ਫਾਲ ਡਾਊਨ ਸੋ ਇਹ ਗੱਲ ਯਾਦ ਰੱਖਣੀ ਹੈ ਗੈਟ ਔਨ ਗੈਟ ਔਨ ਦਾ ਮਤਲਬ ਹੁੰਦਾ ਸਟਾਰਟ ਡੂਇੰਗ ਕੋਈ ਚੀਜ਼ ਮਤਲਬ ਸਟਾਰਟ ਕਰਨੀ ਜਾਂ ਫਿਰ ਅੱਗੇ ਵਧਣਾ ਮਤਲਬ ਕਿ ਜਿਸ ਤਰ੍ਹਾਂ ਕਿ ਆਪਾਂ ਨੂੰ ਮੰਨ ਲਓ ਬੱਸ ਦਾ ਕੰਡਕਟਰ ਹੈ ਜਿਹੜਾ ਉਹ ਆਪਾਂ ਨੂੰ ਕਹੇ ਕਿ ਚਲੋ ਚਲੋ ਬਈ ਜਲਦੀ ਸਵਾਰੀਆਂ ਉੱਪਰ ਚੜੋ ਤਾਂ ਗੈਟ ਔਨ ਦਾ ਯੂਜ਼ ਇੱਥੇ ਹੋ ਸਕਦਾ ਹੈ ਗੈਟ ਔਨ ਆਪਾਂ ਠੀਕ ਹੈ ਹਾਂਜੀ ਗੈਟ ਔਨ ਅੱਗੇ ਦੇਖੋ give away give away ਦਾ ਮਤਲਬ ਹੁੰਦਾ ਟੂ ਗਿਵ ਸਮਥਿੰਗ ਐਜ਼ ਅ ਗਿਫਟ ਕੋਈ ਚੀਜ਼ ਐਜ਼ ਅ ਗਿਫਟ ਦੇਣੀ ਮਤਲਬ ਕਿ ਮਤਲਬ ਵੇਚਣਾ ਨਹੀਂ ਸੈਲ ਨਹੀਂ ਕਰਨਾ ਗਿਫਟ ਦੇਣੀ ਮੰਨ ਲਓ ਕਿਸੇ ਦੁਕਾਨਦਾਰ ਨੇ ਆਪਣੀ ਦੁਕਾਨ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ ਬਹੁਤ ਸਾਰੇ ਜਿਹੜੇ ਆਪਣੇ ਪ੍ਰੋਡਕਟ ਨੇ ਉਹਨਾਂ ਨੂੰ ਐਜ਼ ਅ ਗਿਫਟ ਦੇ ਸਕਦਾ ਤਾਂ ਉੱਥੇ ਉਹ ਗਿਵ ਅਵੇ ਦਾ ਜਿਹੜਾ ਉਹ ਮਤਲਬ ਇੱਥੇ ਯੂਜ਼ ਕਰ ਸਕਦਾ गो अवे गो अवे ਦਾ ਮਤਲਬ ਦੇਖੋ ਆਬਵੀਅਸ ਹੈ ਆਪਾਂ ਕਿਸ ਨੂੰ ਜਾਨ ਲਈ ਗਏ ਹੈ ਗੋ ਅਵੇ ਜਾਓ ਜਾਨ ਦੇ ਲਈ ਕਹਿਣਾ ਹੈ ਨਾ ਲੈਟ ਇਨ ਲੈਟ ਇਨ ਦਾ ਮਤਲਬ ਕਿ ਅੰਦਰ ਆਉਣ ਦੇਣਾ ਕਿਸੇ ਨੂੰ ਅੰਦਰ ਆਉਣ ਦੇਣਾ ਲੈਟ ਇਨ ਆਪਾਂ ਕਿਸ ਨੂੰ ਕਹਿੰਗੇ ਮੈਨੂੰ ਅੰਦਰ ਆਉਣ ਦਿਓ ਪਲੀਜ਼ ਲੈਟ ਮੀ ਇਨ ਤਾਂ ਉੱਥੇ ਆਪਾਂ ਲੈਟ ਇਨ ਦਾ ਯੂਜ਼ ਕਰ ਸਕਦੇ ਹਾਂ ਲਾਈ ਡਾਉਨ ਦਾ ਮਤਲਬ ਹੁੰਦਾ ਟੂ ਰੈਸਟ অর ਸਲੀਪ ਰੈਸਟ ਕਰਨਾ ਜਾਂ ਫਿਰ ਸਲੀਪ ਮਤਲਬ ਬੈੱਡ ਤੇ ਲੇਟਣਾ ਲਾਈ ਡਾਉਨ ਪੇ ਬੈਕ ਪੇ ਬੈਕ ਦਾ ਮਤਲਬ ਹੁੰਦਾ ਟੂ ਗਿਵ অর ਡੂ ਟੂ ਗਿਵ ਮਤਲਬ ਕਿ ਆਪਾਂ ਮੰਨ ਲਓ ਕਿਸੇ ਤੋਂ ਕੋਈ ਪੈਸੇ ਲਏ ਨੇ ਜਾਂ ਕਿਸੇ ਤੋਂ ਕੋਈ ਹੋਰ ਚੀਜ਼ ਲਈ ਆਪਾਂ ਨੇ ਤਾਂ ਜਦੋਂ ਉਸ ਨੂੰ ਆਪਾਂ ਵਾਪਸ ਕਰਦੇ ਆ ਤਾਂ ਉੱਥੇ ਆਪਾਂ ਪੇ ਬੈਕ ਦਾ ਯੂਜ਼ ਕਰ ਸਕਦੇ ਆ ਔਰ ਪੇ ਬੈਕ ਦਾ ਇੱਕ ਯੂਜ਼ ਹੋਰ ਹੁੰਦਾ ਮੰਨ ਲਓ ਕਿਸੇ ਨੇ ਆਪਣੇ ਦੋਸਤ ਨੇ ਆਪਣੇ ਤੇ ਕੋਈ ਇਹਸਾਨ ਕੀਤਾ ਹੈ ਆਪਣੀ ਕੋਈ ਮਦਦ ਕੀਤੀ ਹੈ ਜਦੋਂ ਆਪਾਂ ਉਲਟਾ ਉਸ ਦੀ ਕੋਈ ਮਦਦ ਕਰਦੇ ਆ ਜਾਂ ਇਹਸਾਨ ਕਰਦੇ ਆ ਤਾਂ ਉੱਥੇ ਵੀ ਆਪਾਂ ਪੇ ਬੈਕ ਦਾ ਯੂਜ਼ ਕਰ ਸਕਦੇ ਕਿ ਮੈਂ ਉਸ ਨੂੰ ਪੇ ਬੈਕ ਕਰ ਰਿਹਾ ਸਟੇ ਇਨ ਸਟੇ ਇਨ ਦਾ ਮਤਲਬ ਹੁੰਦਾ ਟੂ ਸਟੇ ਇਨਸਾਈਡ ਅੰਦਰ ਰਹਿਣਾ ਟੇਕ ਬੈਕ ਟੇਕ ਬੈਕ ਦਾ ਮਤਲਬ ਹੁੰਦਾ ਵਾਪਿਸ ਕਰਨਾ ਵਾਪਿਸ ਕਰਨਾ ਕਿਸ ਤਰ੍ਹਾਂ ਮੰਨ ਲਓ ਆਪਾਂ ਕਿਸੇ ਦੁਕਾਨ ਤੋਂ ਕੋਈ ਪ੍ਰੋਡਕਟ ਲੈ ਕੇ ਆਇਆ ਆਪਣੀ ਨੂੰ ਪਸੰਦ ਨਹੀਂ ਆਇਆ ਤਾਂ ਆਪਾਂ ਉਸ ਨੂੰ ਜਦੋਂ ਵਾਪਸ ਕਰਨ ਜਾਂਦੇ ਆ ਤਾਂ ਉੱਥੇ ਟੇਕ ਬੈਕ ਦਾ ਆਪਾਂ ਯੂਜ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਕੂਲ ਕਾਲਜਸ ਦੇ ਵਿੱਚ ਜਦੋਂ ਆਪਾਂ ਲਾਇਬ੍ਰੇਰੀ ਦੇ ਵਿੱਚ ਕੋਈ ਕਿਤਾਬ ਇਸ਼ੂ ਕਰਵਾਉਣੀ ਆ ਤਾਂ ਉੱਥੇ ਵੀ ਜਦੋਂ ਆਪਾਂ ਵਾਪਸ ਕਰਦੇ ਆ ਤਾਂ ਉੱਥੇ ਟੇਕ ਬੈਕ ਹੈ ਜਿਹੜਾ ਉਸ ਦਾ ਆਪਾਂ ਯੂਜ਼ ਕਰ ਸਕਦੇ ਹਾਂ ਟਰਨ ਡਾਊਨ ਟਰਨ ਡਾਊਨ ਦਾ ਮਤਲਬ ਹੁੰਦਾ ਰਿਫਿਊਜ਼ ਕਰਨਾ ਮਨ੍ਹਾ ਕਰਨਾ ਫਾਈਂਡ ਆਊਟ ਦਾ ਮਤਲਬ ਹੁੰਦਾ ਕੋਈ ਚੀਜ਼ ਡਿਸਕਵਰ ਕਰਨਾ ਖੋਜ ਕਰਨਾ ਗੋ ਔਨ ਗੋ ਔਨ ਦਾ ਮਤਲਬ ਹੁੰਦਾ ਕੰਟੀਨਿਊ ਮਤਲਬ ਕਿ ਕੰਟੀਨਿਊ ਰੱਖਣਾ ਕੋਈ ਚੀਜ਼ ਹੁਣ ਦੇਖੋ ਅੱਗੇ ਆਪਾਂ ਸੈਂਟੈਂਸ ਨੇ ਜਿਹੜੇ ਪੜ੍ਹ ਕੇ ਉਹਨਾਂ ਨੂੰ ਪੰਜਾਬੀ ਸਮਝ ਕੇ ਕਿਹੜੀ ਫਰੇਜ਼ਲ ਵਰਬ ਕਿਸ ਤਰ੍ਹਾਂ ਆਈ ਉਹ ਆਪਾਂ ਉਸ ਦਾ ਯੂਜ਼ ਕਰਦੇ ਹਾਂ ਫਸਟ ਦੇਖੋ ਜਿਸ ਤਰ੍ਹਾਂ ਇਹ ਪਹਿਲਾ ਹੈਲੋ ਮਤਲਬ ਕੋਈ ਬੋਲ ਰਿਹਾ ਜਿਹੜਾ ਸਪੀਕਰ ਉਹ ਕਹਿ ਰਿਹਾ ਹੈ ਹੈਲੋ ਨਾਈਸ ਟੂ ਮੀਟ ਯੂ ਆਪਣੇ ਸਾਹਮਣੇ ਵਾਲੇ ਨੂੰ ਕਹਿ ਰਿਹਾ ਹੈ ਸੈਕੰਡ ਪਰਸਨ ਨੂੰ ਹੈਲੋ ਨਾਈਸ ਟੂ ਮੀਟ ਯੂ ਉਸ ਤੋਂ ਬਾਅਦ ਫੁੱਲ ਸਟਾਪ ਉਹਦਾ ਡੈਸ਼ ਐਂਡ ਸਿਟ ਡਾਊਨ ਸਭ ਤੋਂ ਪਹਿਲਾਂ ਉਸਨੇ ਕਿਹਾ ਨਾਈਸ ਟੂ ਮੀਟ ਯੂ ਮਤਲਬ ਕਿ ਜਿਸ ਵਕਤ ਉਹ ਗੱਲ ਕਰ ਰਿਹਾ ਹੈ ਉਸ ਦੇ ਸਾਹਮਣੇ ਕੋਈ ਇਨਸਾਨ ਪ੍ਰੈਜ਼ੈਂਟ ਦੇ ਵਿੱਚ ਉਸ ਵਕਤ ਮੌਜੂਦ ਹੈ ਔਰ ਉਸ ਨੂੰ ਕਹਿ ਰਿਹਾ ਹੈ ਡੈਸ਼ ਐਂਡ ਸਿਟ ਡਾਊਨ ਹੁਣ ਇੱਥੇ ਡੈਸ਼ ਤੇ ਦੇਖੋ ਕੋਈ ਵੀ ਫਰੇਜ਼ਲ ਵਰਬ ਸਾਰੀਆਂ ਤੁਸੀਂ ਦੇਖੋਗੇ ਲਗਾ ਕੇ ਸਿਰਫ ਇੱਕ ਹੀ ਟੁਕਮੀ ਹੋਵੇਗੀ ਬਾਕੀ ਕੋਈ ਵੀ ਟੁਕਮੀਆਂ ਨਹੀਂ ਹੋਵੇਗੀ ਹੁਣ ਜੇਕਰ ਤੁਸੀਂ ਕਹੋਗੇ ਕਮ ਬੈਕ ਐਂਡ ਸਿਟ ਡਾਊਨ ਹੁਣ ਦੇਖੋ ਉਸ ਦੇ ਸਾਹਮਣੇ ਖੜਾ ਹੈ ਉਸ ਨੂੰ ਕਹਿ ਰਿਹਾ ਨਾਈਸ ਟੂ ਮੀਟ ਯੂ ਕਮ ਬੈਕ ਐਂਡ ਸਿਟ ਡਾਊਨ ਤਾਂ ਕਮ ਬੈਕ ਕਹਿਣ ਦੀ ਕੀ ਜਰੂਰਤ ਹੈ ਕਮ ਬੈਕ ਤਾਂ ਫਿਰ ਕਹਾਂਗੇ ਜੇਕਰ ਪਹਿਲਾਂ ਉਹ ਗਿਆ ਫਿਰ ਉਸ ਨੂੰ ਆਪਾਂ ਬੁਲਾਉਣੇ ਆ ਕਿ ਕਮ ਬੈਕ ਵਾਪਸ ਆਓ ਹੁਣ ਜੇਕਰ ਆਪਾਂ ਕਹੀਏ ਕੱਟ ਆਊਟ ਐਂਡ ਸਿਟ ਡਾਊਨ ਬਿਲਕੁਲ ਕੋਈ ਗੱਲ ਨਹੀਂ ਬਣੀ ਫਾਲੋ ਓਵਰ ਐਂਡ ਸਿਟ ਡਾਊਨ ਗੈਟ ਡਾਊਨ ਐਂਡ ਸਿਟ ਡਾਊਨ ਗੋ ਅਵੇ ਐਂਡ ਸਿਟ ਡਾਊਨ ਲੈਟ ਇਨ ਐਂਡ ਸਿਟ ਡਾਊਨ ਦੇਖੋ ਕੋਈ ਵੀ ਜਿਹੜੀ ਚੀਜ਼ ਹੈ ਇੱਥੇ ਇਹਨਾਂ ਚੋ ਫਰੇਜ਼ਲ ਵਰਬ ਹੈ ਕੋਈ ਵੀ ਉਹ ਟੁਕਮੀ ਨਹੀਂ ਹੋਵੇਗੀ ਕਮ ਇਨ ਅੰਦਰ ਆਓ ਅਤੇ ਬੈਠੋ ਸਿਰਫ ਇਹੀ ਇੱਥੇ ਟੁਕਮੀ ਆਏਗੀ ਤੋਂ ਤੁਹਾਨੂੰ ਇਹਨਾਂ ਦਾ ਫਰੇਜ਼ਲ ਵਰਬਸ ਦਾ ਮੀਨਿੰਗ ਹੈ ਜਿਹੜਾ ਉਹ ਯਾਦ ਹੋਣਾ ਚਾਹੀਦਾ ਤਾਂ ਈਜ਼ੀਲੀ ਤੁਸੀਂ ਇੱਥੇ ਪੁੱਟ ਕਰ ਲੋਗੇ ਅਗਲਾ ਦੇਖੋ ਆਈ ਡਿਡਨਟ ਹੈਵ ਅ ਕੀ ਕਹਿੰਦਾ ਮੇਰੇ ਕੋਲ ਚਾਬੀ ਨਹੀਂ ਸੀ ਬਟ ਲੱਕੀਲੀ ਪਰ ਕਿਸਮਤ ਦੇ ਨਾਲ ਸੰਬਨ ਵਾਸ देयर ਮਤਲਬ ਉੱਥੇ ਕੋਈ ਹੈਗਾ ਸੀ ਪਰ ਕਿਸਮਤ ਦੇ ਨਾਲ ਉੱਥੇ ਕੋਈ ਹੈਗਾ ਸੀ ਟੂ ਲੈਟ ਮੀ ਇਨ ਮਤਲਬ ਕਿ ਮੈਨੂੰ ਅੰਦਰ ਲਾਉਣ ਵਾਸਤੇ ਮਤਲਬ ਕਿ let me ਨੂੰ ਅੰਦਰ ਆਉਣ ਦੇਣ ਵਾਸਤੇ ਕੋਈ ਨਾ ਕੋਈ ਉੱਥੇ ਹੈਗਾ ਸੀਗਾ ਹੁਣ ਇੱਥੇ ਹੋਰ ਕੋਈ ਵੀ ਯੂਜ਼ ਕਰ ਲਓ ਜੇਕਰ ਆਪਾਂ ਕਹਾਂਗੇ but luckily samban was there to get me on ਹੁਣ get on ਦਾ ਮਤਲਬ ਤਾਂ ਕੁਝ ਹੋਰ ਹੁੰਦਾ ਹੈ ਨਾ get me on ਜਾਂ ਫਿਰ give me away go me away let me in ਇਹ ਬਿਲਕੁਲ ਠੁਕਮਾ ਜਾਂ ਫਿਰ lie down ਹੈ ਨਾ ਇਹ ਵੀ ਨਹੀਂ ਆਪਾਂ ਕਹਿ ਸਕਦੇ lie me down ਇਹਦਾ ਮਤਲਬ ਤਾਂ ਪੈਨ ਦੇਣਾ ਹੁੰਦਾ let me in ਦਾ ਮਤਲਬ ਹੁੰਦਾ ਅੰਦਰ ਆਉਣ ਦੇਣਾ ਅੰਦਰ ਆਉਣ ਦੇਣਾ ਕਿਉਂਕਿ ਇਹ ਕਹਿਣਾ ਚਾਹ ਰਿਹਾ ਕਿ ਮੈਂ ਆਪਣੀ ਚਾਬੀ ਭੁੱਲਿਆ ਪਰ ਉੱਥੇ ਕੋਈ ਨਾ ਕੋਈ ਜ਼ਰੂਰ ਹੈਗਾ ਸੀਗਾ ਨਾ ਸੰਭਣ ਉੱਥੇ ਹੈਗਾ ਸੀਗਾ ਜਿਸ ਨੇ ਮੈਨੂੰ ਅੰਦਰ ਆਉਣ ਦਿੱਤਾ ਇਸ ਲਈ ਇੱਥੇ ਲੈਟ ਇਨ ਦਾ ਯੂਜ਼ ਹੋਇਆ ਅੱਗੇ ਦੇਖੋ ਫਸਟ ਕਾਂਟ ਵੀ ਗੋ ਆਊਟ ਸਮਵੇਅਰ ਕਹਿੰਦਾ ਕਿਉਂ ਨਾ ਆਪਾਂ ਕਿਤੇ ਚੱਲੀਏ ਹੈਨਾ ਮਤਲਬ ਕਿਤੇ ਜਾਣ ਦੀ ਗੱਲ ਕਰ ਰਿਹਾ ਹੈ ਕਿਉਂ ਕਹਿੰਦਾ ਆਈ ਡੋਨਟ ਵਾਂਟ ਟੂ 올 ਈਵਨਿੰਗ ਕਹਿੰਦਾ ਮੈਂ ਸਾਰੀ ਈਵਨਿੰਗ ਕੀ ਨਹੀਂ ਕਰ ਸਕਦਾ ਤੇ ਇਹ ਅੰਦਰ ਨਹੀਂ ਰਹਿ ਸਕਦਾ ਹੁਣ ਇੱਥੇ ਕੋਈ ਵੀ ਹੋਰ ਫਾਰਮ ਲਾ ਕੇ ਦੇਖ ਲਓ ਜੇ ਆਪਾਂ ਕਹਾਂਗੇ ਆਈ ਡੋਨਟ ਵਾਂਟ ਟੂ ਫਾਲ ਓਵਰ 올 ਇਵਨਿੰਗ ਮੈਂ ਸਾਰੀ ਇਵਨਿੰਗ ਡਿਗ ਨਹੀਂ ਸਕਦਾ ਦੇਖੋ ਤੂੰ ਗੱਲ ਨਹੀਂ ਬਣੀ ਜਾਂ ਗੈਟ ਟਾਉਨ ਏ ਵੀ ਕੋਈ ਗੱਲ ਨਹੀਂ ਬਣੀ ਜਾਂ ਆਪਾਂ ਗੋ ਅਵੇ ਲਾਈ ਡਾਉਨ ਸਾਰਿਆਂ ਦੇ ਵਿੱਚੋਂ ਕੋਈ ਵੀ ਟੁਕਮਾਨੀ ਹੈ ਸਟੇ ਇਨ ਹੈ ਕਿਉਂਕਿ ਸਟੇ ਇਨ ਦਾ ਮਤਲਬ ਕੀ ਹੁੰਦਾ ਸਟੇ ਇਨ ਦਾ ਮਤਲਬ ਹੁੰਦਾ ਰਹਿਣਾ ਮਤਲਬ ਕਿ ਮੈਂ ਸਾਰੀ ਜਿਹੜੀ ਈਵਨਿੰਗ ਹੈ ਪੂਰੀ ਈਵਨਿੰਗ ਮੈਂ ਨਹੀਂ ਰਹਿ ਸਕਦਾ ਇੱਥੇ ਹਨਾ ਇਸ ਲਈ ਕਹਿੰਦਾ ਅੰਦਰ ਮੈਂ ਨਹੀਂ ਰਹਿ ਸਕਦਾ ਤੇ ਕਾਂਟ ਵੀ ਗੋ ਆਊਟ ਸਮਵੇਅਰ ਕਿਉਂ ਨਾ ਸੀ ਕਹਿੰਦਾ ਕਿਤੇ ਬਾਹਰ ਚਲੀਏ ਅਗਲਾ ਦੇਖੋ ਸੈਕਿੰਡ ਕੁਡ ਯੂ ਲੈਂਡ ਮੀ 10 ਪਾਉਂਡ ਕੀ ਤੁਸੀਂ ਮੈਨੂੰ 10 ਪਾਉਂਡ ਉਧਾਰ ਦੇ ਸਕਦੇ ਹੋ आई विल यू ऑन फ्राइडे दे दे तो तो मैं ਤੁਹਾਨੂੰ ਫਰਾਈਡੇ ਨੂੰ ਦੇ ਦੇਵਾਂਗਾ ਦੇਖੋ ਪੈਸਾ ਮੰਗ ਰਿਹਾ ਤਾਂ ਉਸ ਤੋਂ ਬਾਅਦ ਕਹਿੰਦਾ ਮੈਂ ਫਰਾਈਡੇ ਵਾਪਸ ਦੇ ਦੂੰਗਾ ਮਤਲਬ ਕਿ ਵਾਪਸ ਦੇਣਾ ਪੇ ਬੈਕ ਕਰਨਾ ਤਾਂ ਇਸ ਲਈ ਇੱਥੇ ਪੇ ਬੈਕ ਆਇਆ ਵੀ ਮੈਂ ਤੁਹਾਨੂੰ ਦੁਬਾਰੇ ਵਾਪਸ ਪੇ ਬੈਕ ਹੈ ਜਿਹੜਾ ਇਹ ਤੁਹਾਨੂੰ ਤੁਹਾਡੇ 10 ਪਾਉਂਡ ਨੇ ਜਿਹੜੇ ਉਹ ਕਰ ਦੂੰਗਾ ਆਈ ਵਿਲ ਪੇ ਯੂ ਬੈਕ ਔਨ ਫਰਾਈਡੇ ਸ਼ੁੱਕਰਵਾਰ ਨੂੰ ਮੈਂ ਤੁਹਾਨੂੰ ਵਾਪਸ ਕਰ ਦੇਵਾਂਗਾ ਥਰਡ ਦੇਖੋ the pavement is very icy ਜਿਹੜਾ ਪੇਵਮੈਂਟ ਹੈ ਪੇਵਮੈਂਟ ਹੁੰਦਾ ਹੈ ਫੁੱਟਪਾਥ ਸੜਕ ਦਾ ਜਿਹੜਾ ਫੁੱਟਪਾਥ ਬਹੁਤ ਜ਼ਿਆਦਾ ਆਈਸੀ ਹੈ ਬੀ ਕੇਅਰਫੁਲ ਕਹਿੰਦੇ ਕੇਅਰਫੁਲ ਰਹੋ ਯੂ ਡੋਂਟ ਫਾਲ ਓਵਰ ਦੇਖੋ ਇੱਥੇ ਪਹਿਲੀ ਗੱਲ ਤਾਂ ਇੱਥੇ ਆਈਸੀ ਹੈ ਕਹਿੰਦੇ ਬਰਫੀਲ ਹੈ ਇੱਥੇ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਕਹਿੰਦਾ ਬੀ ਕੇਅਰਫੁਲ ਕੇਅਰਫੁਲ ਰਹੋ ਤਾਂ ਇਹਦਾ ਮਤਲਬ ਆਪਾਂ ਪਹਿਲਾਂ ਹੀ ਸਮਝ ਗਏ ਕਿ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਫੁੱਟਪਾਥ ਹੈ ਬਹੁਤ ਜ਼ਿਆਦਾ ਆਈਸੀ ਹੈ ਬਰਫੀਲ ਹੈ ਤਿਲਸਨ ਹੈ ਤਾਂ ਕੇਅਰਫੁਲ ਰਹੋ ਵੀ ਤੁਸੀਂ ਡਿੱਗ ਵੀ ਸਕਦੇ ਹੋ ਹੁਣ ਇੱਥੇ ਫਿਸਲ ਕੇ ਡਿੱਗਣ ਦੀ ਗੱਲ ਹੋ ਗਈ ਮਤਲਬ ਕਿ ਕਿਸੇ ਉੱਪਰੋਂ ਨਹੀਂ ਡਿਗੂਗਾ ਹੋ ਫਿਸਲ ਕੇ ਡਿੱਗਣਾ ਜਾਂ ਫਿਰ ਗਰਾਊਂਡ ਤੋਂ ਹੀ ਚੱਕਰ ਆ ਕੇ ਡਿੱਗਣਾ ਉੱਥੇ ਆਪਾਂ ਫਾਲ ਓਵਰ ਦਾ ਯੂਜ਼ ਆ ਜਿਹੜਾ ਉਹ ਕਰਦੇ ਹਾਂ ਇਸ ਲਈ ਫਾਲ ਓਵਰ ਇੱਥੇ ਆਇਆ ਚੌਥਾ ਆਈ ਵਾਸ ਫੀਲਿੰਗ ਸੋ ਟਾਇਰਡ ਮੈਂ ਬਹੁਤ ਯਾਰ ਥੱਕਿਆ ਹੋਇਆ ਫੀਲ ਕਰ ਰਿਹਾ ਸੀ ਆਈ ਹੈਡ ਟੂ ਓਨ ਦਾ ਬੈਡ ਫਾਰ ਆ ਵਾਈ ਤਾਂ ਕਹਿੰਦਾ ਮੈਂ ਕੁਝ ਸਮੇਂ ਲਈ ਮੈਨੂੰ ਬੈਡ ਤੇ ਪੈਣਾ ਪਿਆ ਤਾਂ ਪੈਣ ਦੀ ਗੱਲ ਆ ਰਹੀ ਹੈ ਦੇਖੋ ਲਾਈ ਡਾਉਨ ਆਪਾਂ ਨੇ ਪਹਿਲਾਂ ਹੀ ਪੜਿਆ ਲਾਈ ਡਾਉਨ ਦਾ ਮਤਲਬ ਹੁੰਦਾ ਹੈ ਲੇਟਣਾ ਆਰਾਮ ਕਰਨਾ ਬੈਡ ਤੇ ਪੈਣਾ ਤਾਂ ਕਰਕੇ ਇੱਥੇ ਲਾਈ ਡਾਉਨ ਪੰਜਵਾਂ ਥੇਰ ਵਾਸ ਐਨ ਆਰਟੀਕਲ ਇਨ ਦਾ ਨਿਊਜ਼ਪੇਪਰ ਨਿਊਜ਼ਪੇਪਰ ਦੇ ਵਿੱਚ ਕਹਿੰਦੇ ਇੱਕ ਆਰਟੀਕਲ ਸੀਗਾ ਥੈਟ ਆਈ ਵਾਂਟਡ that i wanted to and keep ਜਿਸ ਨੂੰ ਮਤਲਬ ਮੈਂ ਰੱਖਣਾ ਚਾਹੁੰਦਾ ਸੀ ਇਸ ਲਈ ਮਤਲਬ ਕਹਿੰਦਾ ਮੈਨੂੰ ਉਹ ਆਰਟੀਕਲ ਦੀ ਜ਼ਰੂਰਤ ਸੀ ਪੇਪਰ ਦੇ ਵਿੱਚ ਔਰ ਮੈਨੂੰ ਚਾਹੀਦਾ ਸੀ ਮੈਂ ਉਸ ਨੂੰ ਰੱਖਣਾ ਚਾਹੁੰਦਾ ਸੀ ਇਸ ਕਰਕੇ ਉਸ ਨੂੰ ਮੈਂ ਕੱਟ ਆਊਟ ਕਰ ਲਿਆ ਕੱਟ ਆਊਟ ਮਤਲਬ ਕਿ ਅਲੱਗ ਕਰਨਾ ਕੱਟ ਕੇ ਰੱਖਣਾ ਹੁਣ ਇੱਥੇ ਕੋਈ ਵੀ ਹੋਰ ਤੁਸੀਂ ਫਰੇਜ਼ਲ ਵਰਬ ਲਗਾ ਕੇ ਦੇਖ ਲਓ ਬਿਲਕੁਲ ਟੁਕਮੀ ਨਹੀਂ ਹੋਏਗੀ ਜੇਕਰ ਆਪਾਂ ਕਹੀਏ there was an article in the newspaper that i wanted ਜਿਹੜਾ ਕਿ ਮੈਨੂੰ ਚਾਹੀਦਾ ਸੀਗਾ that i wanted to give away ਦੇਖੋ give away ਦਾ ਕੋਈ ਬਿਲਕੁਲ ਟੁਕਮ ਨਹੀਂ ਹੈਗਾ that i wanted to go away that i wanted to take back that i wanted to come back ਕੋਈ ਵੀ ਇਥੇ ਟੁਕਮ ਨਹੀਂ ਕੱਟ ਆਊਟ ਐਂਡ ਕੀਪ ਵੀ ਕੱਟ ਕੇ ਰੱਖਣਾ ਉਸ ਤੋਂ ਬਾਅਦ ਮਤਲਬ ਆਪਣੇ ਕੋਲ ਮੈਂ ਉਸ ਨੂੰ ਰੱਖਣਾ ਹੈ ਛੇਮਾ ਮਾਥ ਮਾਰਕ ਹੈਜ਼ ਗੋਨ ਇਥੇ ਇਸ ਦਾ ਮਤਲਬ ਹੈਜ਼ ਮਾਰਕ ਹੈਜ਼ ਗੋਨ ਆਊਟ ਜਿਹੜਾ ਮਾਰਕ ਹੈ ਉਹ ਬਾਹਰ ਜਾ ਚੁੱਕਿਆ ਹੈ ਐਂਡ ਆਈ ਡੋਂਟ ਨੋ ਅਤੇ ਮੈਨੂੰ ਨਹੀਂ ਪਤਾ ਵੈਨ ਹੀ ਇਜ਼ ਗੋਇੰਗ ਟੂ ਵੀ ਮਤਲਬ ਹੁਣ ਇੱਥੇ ਗੱਲ ਕਰ ਰਿਹਾ ਕਿ ਮਾਰਕ ਬਾਹਰ ਗਿਆ ਹੋਇਆ ਹੈ ਔਰ ਮੈਨੂੰ ਨਹੀਂ ਪਤਾ ਕਿ ਉਹ ਵਾਪਸ ਕਦੋਂ ਆ ਰਿਹਾ ਹੈ ਵੈਨ ਹੀ ਇਜ਼ ਗੋਇੰਗ ਟੂ ਕਮ ਬੈਕ ਮਤਲਬ ਕਿ ਵਾਪਸ ਕਦੋਂ ਆ ਰਿਹਾ ਹੈ ਹੁਣ ਇੱਥੇ ਇਹ ਥੋੜੀ ਨਾ ਪਕਾਹਾਂਗੇ ਵੈਨ ਹੀ ਇਜ਼ ਗੋਇੰਗ ਟੂ ਟੇਕ ਬੈਕ ਹੈ ਨਾ ਵੈਨ ਹੀ ਇਜ਼ ਗੋਇੰਗ ਟੂ ਟੇਕ ਬੈਕ ਨਹੀਂ ਵੈਨ ਹੀ ਇਜ਼ ਗੋਇੰਗ ਟੂ ਗਿਵ ਬੈਕ ਮਤਲਬ ਕੋਈ ਚੀਜ਼ ਦੇਣ ਦੀ ਗੱਲ ਨਹੀਂ ਹੋ ਰਹੀ ਇੱਥੇ ਗੱਲ ਹੋ ਰਹੀ ਹੈ ਕਿ ਉਹ ਬਾਹਰ ਜਾ ਚੁੱਕਿਆ ਹੈ ਔਰ ਮੈਨੂੰ ਨਹੀਂ ਪਤਾ ਕਿ ਕਦੋਂ ਤੱਕ ਵਾਪਸ ਆ ਰਿਹਾ ਹੈ ਤਾਂ ਕਰਕੇ ਕਮਬੈਕ ਸਤਮਾ ਦਾ ਡਰਾਈਵਰ ਅਨਲੌਕਡ ਦਾ ਕੋਚ ਮਤਲਬ ਕੋਚ ਮਤਲਬ ਕਿ ਗੱਡੀ ਹਨਾ ਜਿਹੜਾ ਡਰਾਈਵਰ ਆ ਉਸਨੇ ਗੱਡੀ ਜਾਂ ਬੱਸ ਉਸ ਨੂੰ ਅਨਲੌਕ ਕਰਤਾ so that ਤਾਂ ਕਿ the passengers were able to ਤਾਂ ਕਿੜੇ ਪੈਸੇਂਜਰ ਨੇ ਉਹ ਏਬਲ ਯੋਗ ਹੋਣ ਕਿਸ ਗੱਲ ਦੇ ਯੋਗ ਹੋਣ ਦੇਖੋ get on ਦਾ ਮਤਲਬ ਹੁੰਦਾ ਕਿਸੇ ਚੀਜ਼ ਤੇ ਚੜਨਾ ਜਾਂ ਕੰਟੀਨਿਊ ਰੱਖਣਾ ਮੈਂ ਪਹਿਲਾਂ ਵੀ ਤੁਹਾਨੂੰ ਕਹਿਆ ਜਿਸ ਤਾਂ ਕਿ ਬੱਸ ਤੇ ਚੜਨ ਲਈ ਕਹਿੰਨਾ ਤਾਂ ਕਰਕੇ ਇੱਥੇ get on the use ਹੈ ਜਿਹੜਾ ਉਹ ਹੈ ਕਿਉਂਕਿ ਡਰਾਈਵਰ ਨੇ ਬੱਸ ਦੀ ਜਿਹੜੀ ਖਿੜਕੀ ਹੈ ਹਨਾ ਉਸ ਨੂੰ ਅਨਲੌਕ ਕਰਤਾ ਔਰ ਅਨਲੌਕ ਕਰਿਆ ਤਾਂ ਕਿ ਪੈਸੇਂਜਰ ਹੁਣ ਪੈਸੇਂਜਰ ਕੀ ਕਰਨਗੇ ਜਦੋਂ ਅਨਲੌਕ ਕਰਿਆ ਤਾਂ ਪੈਸੇਂਜਰ ਬੱਸ ਦੇ ਵਿੱਚ ਚੜਨਗੇ ਅੱਠਵਾਂ ਆਈ ਵਿਲ ਹੈਵ ਟੂ ðiਜ਼ ਬੁక్స్ ਆਈ ਵਿਲ ਹੈਵ ਟੂ ðiਜ਼ ਬੁక్స్ ਟੂ ਦਾ ਲਾਇਬ੍ਰੇਰੀ ਦੇਖੋ ਇੱਥੇ ਆਪਣੇ ਕੋਲ ਫਰੇਜ਼ਲ ਵਰਬ ਵੀ ਹੈਗੀ ਐ ਟੇਕ ਬੈਕ ਟੇਕ ਬੈਕ ਹੁੰਦਾ ਵਾਪਸ ਕਰਨਾ ਹੋਰ ਇੱਥੇ ਕੋਈ ਵੀ ਫਰੇਜ਼ਲ ਵਰਬ ਟੂ ਕਮੀ ਨਹੀਂ ਆਏਗੀ ਜੇਕਰ ਤੁਸੀਂ ਲਗਾ ਕੇ ਦੇਖੋਗੇ ਤਾਂ ਇਸ ਦਾ ਮਤਲਬ ਇਹ ਹੋ ਗਿਆ ਆਈ ਵਿਲ ਹੈਵ ਟੂ ਕਹਿੰਦੇ ਮੈਨੂੰ ਕਰਨੀ ਪਊਗੀ टेक दीज बुक्स बैक एक ਕਿਤਾਬਾਂ ਵਾਪਸ ਕਰਨੀਆਂ ਪੈਣੀਆਂ ਟੂ ਦਾ ਲਾਇਬ੍ਰੇਰੀ ਹੋਰ ਇੱਥੇ ਕੋਈ ਵੀ ਫਰੇਜ਼ਲ ਵਰਬ ਤੁਸੀਂ ਲਗਾ ਕੇ ਦੇਖ ਲਓ ਉਸਦਾ मीनिंग ਅਹੀ ਨਹੀਂ ਬਣੇਗਾ ਨੌਵਾਂ ਯੋਰ ਬਰਥਡੇ ਇਹ ਆਪਣੀ ਹੋਗੀ ਨੌਵਾਂ ਯੋਰ ਬ੍ਰਦਰ ਸੌਰੀ ਯੋਰ ਬ੍ਰਦਰ ਵਾਸ ਬੀਇੰਗ ਅ ਨੁਇਸੈਂਸ ਨੁਇਸੈਂਸ ਹੁੰਦਾ ਮਤਲਬ ਕਿ ਚਿੜਾਉਣਾ ਜਾਂ ਮਤਲਬ ਬੋਰਿੰਗ ਹੋਣਾ ਮਤਲਬ ਕਿ ਪਰੇਸ਼ਾਨ ਕਰਨਾ ਵੀ ਜਿਹੜਾ ਤੁਹਾਡਾ ਬ੍ਰਦਰ ਹੈ ਉਹ ਪਰੇਸ਼ਾਨ ਕਰ ਰਿਹਾ ਸੋ ਆਈ ਟੋਲਡ ਹਿਮ ਇਸ ਲਈ ਮੈਂ ਉਸ ਨੂੰ ਕਹਤਾ ਟੂ मतलब ਜਦੋਂ ਆਪਾਂ ਨੂੰ ਕੋਈ ਪਰੇਸ਼ਾਨ ਕਰ ਰਿਹਾ ਹੈ ਤਾਂ ਆਪਾਂ ਉਸਨੂੰ ਕੀ ਕਹਾਂਗੇ ਚਲੋ ਇੱਥੋਂ ਭੱਜ ਜਾ ਤਾਂ ਕਰਕੇ ਗੋ ਅਵੇ ਗੋ ਅਵੇ ਦਾ ਮਤਲਬ ਕਿ ਦੂਰ ਜਾਣਾ ਕਿ ਜਾਓ ਤੁਸੀਂ ਦੂਰ ਭੱਗ ਜਾਓ 10ਵਾਂ ਇਨ ਆਰਡਰ ਟੂ ਗੈਟ ਪਬਲਿਸਿਟੀ ਪਬਲਿਸਿਟੀ ਮਤਲਬ ਪ੍ਰਾਪਤ ਕਰਨ ਦੇ ਲਈ ਦ ਕੰਪਨੀ ਡਿਸਾਈਡਡ ਕੰਪਨੀ ਨੇ ਡਿਸਾਈਡ ਕੀਤਾ ਟੂ ਸਮ ਆਫ ਨਿਊ ਸਵੀਟਸ ਫ੍ਰੀ ਟੂ ਦਾ ਚਿਲड्रन ਕਿ ਨਵੇਂ ਜਿਹੜੇ ਸਵੀਟਸ ਨੇ ਉਹਨਾਂ ਨਵੀਂ ਨਵੀਂ ਮਠਾਈਆਂ ਨੇ ਉਹ ਜਿਹੜੇ ਬੱਚਿਆਂ ਨੂੰ ਮਤਲਬ ਫ੍ਰੀ ਦਿੱਤੀਆਂ ਜਾਣਗੀਆਂ ਮਤਲਬ ਕਿ ਐਜ਼ ਅ ਗਿਫਟ ਦੇਣ ਦੀ ਗੱਲ ਹੋ ਰਹੀ ਆ ਦੇਖੋ ਜਦੋਂ ਆਪਾਂ ਗਿਫਟ ਦਿੰਨੇ ਆ ਐਜ਼ ਅ ਗਿਫਟ ਦਾ ਗਿਵ ਅਵੇ ਦਾ ਆਪਾਂ ਯੂਜ਼ ਕਰਦੇ ਆ ਬਾਕੀ ਆਪਣੇ ਲਵੇ ਲਾਸਟ ਵੀ ਇਹੀ ਰਹਿ ਗਿਆ ਤਾਂ ਕਰਕੇ ਇੱਥੇ ਆਪਾਂ ਨੇ ਗਿਵ ਅਵੇ ਦਾ ਯੂਜ਼ ਕੀਤਾ ਦੇਖੋ ਜਿਹੜੀਆਂ ਫਰੇਜ਼ਲ ਵਰਬਸ ਨੇ ਹਾਲਾਂਕਿ ਮੈਂ ਤੁਹਾਨੂੰ ਸੈਂਟੈਂਸ ਦੀ ਪੰਜਾਬੀ ਪੂਰੀ ਪੰਜਾਬੀ ਇਸ ਦੀ ਸਮਝਾ ਕੇ ਕਿਸ ਤਰ੍ਹਾਂ ਆਏ ਆਪਾਂ ਨੇ ਕੋਸ਼ਿਸ਼ ਕੀਤੀ ਕਰਨ ਦੀ ਬਟ ਇਸ ਦਾ ਕੀ ਹੈ ਤੁਸੀਂ ਨੇ ਇਹਨਾਂ ਨੂੰ ਯਾਦ ਰੱਖਣਾ ਹੈ ਫਰੇਜ਼ਲ ਵਰਬਸ ਨੇ ਜਿਹੜੀਆਂ ਕੁਝਕ ਨੇ ਜਿਹੜੀਆਂ ਆਪਣੀਆਂ ਯੂਜ਼ ਹੁੰਦੀਆਂ ਨੇ ਫਿਲਹਾਲ ਜਿਹੜੀਆਂ ਮੈਂ ਤੁਹਾਨੂੰ ਲਿਖਾਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਾਪੀ ਦੇ ਉੱਪਰ ਲਿਖ ਕੇ ਜੇਕਰ ਥੋੜੇ ਇਹ ਚੰਗੀ ਤਰ੍ਹਾਂ ਯਾਦ ਹੋਣਗੀਆਂ ਤਾਂ ਐਗਜ਼ਾਮਸ ਦੇ ਵਿੱਚ ਆਸਾਨੀ ਦੇ ਨਾਲ ਤੁਸੀਂ ਇਹਨਾਂ ਨੂੰ ਇਹ ਐਕਸਰਸਾਈਜ਼ ਜਿਹੜੀ ਉਸ ਨੂੰ ਕਰ ਪਾਉਗੇ ਸੋ ਏਸੀ ਆਪਣੀ ਇਸ ਐਕਸਰਸਾਈਜ਼ ਦਾ ਆਪਣਾ ਪਾਰਟ ਫਸਟ ਐਂਡ ਅਗੇ ਨੈਕਸਟ ਦੇਖੋ ਆਪਣੀ ਇਸ ਐਕਸਰਸਾਈਜ਼ ਦਾ 3rd ਪਾਰਟ ਆਪਾਂ ਕਰਾਂਗੇ ਸੈਕਿੰਡ ਨਹੀਂ ਕਰਨਾ ਫਰਸਟ ਅਤੇ 3rd ਹੀ ਕਰਨੇ ਨੇ ਐਗਜ਼ਾਮਸ ਦੇ ਲਈ ਇਸ ਦੇ ਵਿੱਚ ਦੇਖੋ ਕੀ ਕਰਨਾ ਹੈ ਵਰਡ ਆਰਡਰ ਵਿਦ ਫਰੇਜ਼ਲ ਵਰਬ ਕੰਪਲੀਟ ਦਾ ਸੈਂਟੈਂਸਸ ਬਾਈ ਪੁੱਟਿੰਗ ਇਨ ਦਾ ਫਰੇਜ਼ਲ ਵਰਬ ਆਪਾਂ ਨੇ ਫਰੇਜ਼ਲ ਵਰਬ ਨੇ ਜਿਹੜੇ ਪੁੱਟ ਕਰਨੇ ਨੇ ਇਹ ਆਪਾਂ ਨੂੰ ਸੈਂਟੈਂਸ ਦਿੱਤੇ ਨੇ ਇਹਨਾਂ ਦੇ ਵਿੱਚ ਬਲੈਂਕਸ ਦਿੱਤੀਆਂ ਨੇ ਔਰ ਇਹਨਾਂ ਬਲੈਂਕਸ ਦੇ ਵਿੱਚ ਆਪਾਂ ਨੇ ਫਰੇਜ਼ਲ ਵਰਬਸ ਨੇ ਜਿਹੜੇ ਉਹ ਪੁੱਟ ਕਰਨੇ ਨੇ ਸਮ ਆਫ ਦਾ ਸਪੇਸਸ ਯੂ ਹੈਵ ਟੂ ਲੀਵ ਇਮਪਟੀ ਔਰ ਕੁਝ ਸਪੇਸਸ ਤੁਹਾਨੂੰ ਹੋ ਸਕਦਾ ਖਾਲੀ ਵੀ ਛੱਡਣੀਆਂ ਪੈਣ ਹੁਣ ਦੇਖੋ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾਉਣਾ ਕਰਨਾ ਕੀ ਹੈ ਇਹ ਆਪਾਂ ਨੂੰ ਇਹਨਾਂ ਨੇ ਸੈਂਟੈਂਸ ਦਿੱਤੇ ਨੇ ਹਰ ਇੱਕ ਸੈਂਟੈਂਸ ਦੇ ਵਿੱਚ ਇਹ ਦੋ ਦੋ ਸਪੇਸਸ ਨੇ ਜਿਹੜੀਆਂ ਆਪਾਂ ਨੂੰ ਦੇ ਰੱਖੇ ਨੇ ਇਹਨਾਂ ਨੇ ਔਰ ਐਂਡ ਤੇ ਹਰ ਇੱਕ ਸੈਂਟੈਂਸ ਦੇ ਐਂਡ ਤੇ ਆਪਾਂ ਨੂੰ ਇਹਨਾਂ ਨੇ ਫਰੇਜ਼ਲ ਵਰਬ ਖੁਦ ਦਿੱਤੇ ਨੇ ਔਰ ਉਹੀ ਫਰੇਜ਼ਲ ਵਰਬ ਆਪਾਂ ਨੇ ਇੱਥੇ ਇਹਨਾਂ ਸਪੇਸਸ ਦੇ ਵਿੱਚ ਪੁੱਟ ਕਰਨੇ ਨੇ ਔਰ ਅਗਲੀ ਗੱਲ ਤੁਸੀਂ ਨੇ ਇਹ ਧਿਆਨ ਰੱਖਣਾ ਜਿਹੜੇ ਇਹ ਫਰੇਜ਼ਲ ਵਰਬ ਨੇ ਇਸ ਤਰ੍ਹਾਂ ਹੀ ਪੁੱਟ ਕਰਨੇ ਨੇ ਬੜ ਟਿਕ ਚੀਜ਼ ਯਾਦ ਰੱਖਣੀ ਹੈ ਜੇਕਰ ਆਪਣਾ ਇਹ ਸੈਂਟੈਂਸ ਹੈ ਜਿਸ ਦੇ ਵਿੱਚ ਆਪਾਂ ਫਰੇਜ਼ਲ ਵਰਬ ਹੀ ਪੁੱਟ ਕਰਾਂਗੇ ਜੋ ਆਪਾਂ ਨੂੰ ਇਨਾਂ ਨੇ ਦਿੱਤੇ ਨੇ ਜੇਕਰ ਆਪਣਾ ਇਹ ਸੈਂਟੈਂਸ ਪਾਸਟ ਦੇ ਵਿੱਚ ਹੈ ਮੰਨ ਲਓ ਇਸ ਦੀ ਸੈਂਸ ਪਾਸਟ ਦੇ ਵਿੱਚ ਨਿਕਲਦੀ ਹੈ ਫਿਰ ਆਪਾਂ ਨੇ ਜਿਹੜੀ ਵਰਬ ਹੈ ਉਹ ਵੀ ਆਪਾਂ ਨੇ ਪਾਸਟ ਦੇ ਵਿੱਚ ਕਰ ਦੇਣੀ ਹੈ ਐਗਜ਼ਾਮਪਲ ਦੇ ਤੌਰ ਤੇ ਦੇਖੋ ਜਿਸ ਤਰ੍ਹਾਂ ਕਿ ਇੱਥੇ ਪਿਕ ਅਪ ਹੈ ਮੰਨ ਲਓ ਇੱਥੇ ਹੈਗਾ ਪਿਕ ਇੱਥੇ ਹੈਗਾ ਅਪ ਜੇਕਰ ਇਹ ਸੈਂਟੈਂਸ ਪਾਸਟ ਦੇ ਵਿੱਚ ਹੈ ਤਾਂ ਆਪਾਂ ਪਿਕ ਦਾ ਪਿਕਟ ਕਰ ਦਾਂਗੇ ਸੈਕੰਡ ਫਾਰਮ ਕਰਦਾਂਗੇ ਪਿਕਡ ਅਪ ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਤੁਸੀਂ ਨੇ ਇਹ ਗੱਲ ਦਾ ਧਿਆਨ ਰੱਖਣਾ ਜੇ ਪ੍ਰੈਜ਼ੈਂਟ ਦੇ ਵਿੱਚ ਹੈ ਫਿਰ ਫਸਟ ਫਾਰਮ ਰਹੇਗੀ ਔਰ ਅਗਲੀ ਗੱਲ ਜਿਹੜੀ ਇਹਨਾਂ ਨੇ ਕਹੇ ਸੀ ਕਿ ਕੁਝ ਕੁ ਜਿਹੜੀਆਂ ਸਪੇਸਸ ਨੇ ਉਹ ਖਾਲੀ ਵੀ ਰਹਿ ਸਕਦੀਆਂ ਨੇ ਖਾਲੀ ਕਿਸ ਤਰ੍ਹਾਂ ਮੰਨ ਲਓ ਦੇਖੋ ਇਹਦੇ ਵਿੱਚ ਦੋ ਸਪੇਸਸ ਨੇ ਇਹ ਸੈਂਟੈਂਸ ਦੇ ਵਿੱਚ ਦੋ ਨੇ ਇਹ ਵੀ ਹੋ ਸਕਦਾ ਹੈ ਕਿਹੜਾ ਰਿੰਗ ਅਪ ਹੈ ਵੀ ਇੱਥੇ ਰਿੰਗ ਆਏਗਾ ਇੱਥੇ ਅਪ ਆਏਗਾ ਸੈਂਟੈਂਸ ਦੀ ਸੈਂਸ ਦੇ ਮੁਤਾਬਕ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕਈ ਸੈਂਟੈਂਸ ਇਹੋ ਜਿਹੇ ਵੀ ਹੋ ਸਕਦੇ ਨੇ ਕਿ ਸਪੇਸ ਦੋ ਦਿੱਤੀਆਂ ਨੇ ਬਟ ਰਿੰਗ ਉੱਪ ਇਕੱਠਾ ਹੀ ਆਏਗਾ ਇੱਕ ਦੇ ਵਿੱਚ ਪਹਿਲੀ ਦੇ ਵਿੱਚ ਔਰ ਅਗਲੀ ਜਿਹੜੀ ਉਹ ਖਾਲੀ ਛੱਡਣੀ ਪਵੇ ਇਸ ਤਰ੍ਹਾਂ ਉਹ ਆਪਾਂ ਨੂੰ ਸੈਂਸ ਦੇ ਮੁਤਾਬਕ ਪਤਾ ਚੱਲ ਜੇਗਾ ਹੁਣ ਦੇਖੋ ਆਪਾਂ ਸ਼ੁਰੂ ਕਰਦੇ ਆ ਕਿ ਫਰਸਟ ਦੇਖੋ ਦਿਸ ਸਵੈਟਰ ਵਾਸ ਫੁੱਲ ਆਫ ਹੋਲਜ਼ ਜਿਹੜਾ ਸਵੈਟਰ ਹੈ ਫੁੱਲ ਆਫ ਹੋਲਜ਼ ਮਤਲਬ ਕਿ ਉਸ ਦੇ ਵਿੱਚ ਗਲੀਆਂ ਹੋ ਗਈਆਂ ਹਨਾ ਦੇਖੋ ਪਾਸਟ ਦੇ ਵਿੱਚ ਹੈ ਵਾਸ ਫੁੱਲ ਆਫ ਹੋਲਜ਼ ਸੋ ਦਾ ਇਸ ਕਰਕੇ ਆਈ डैश इट ਅੱਗੇ ਦੇਖੋ ਹੁਣ ਇੱਥੇ ਦੇਖੋ ਥਰੂ ਅਵੇ ਇਹਨਾਂ ਨੇ ਪਹਿਲਾਂ ਤੋਂ ਹੀ ਥਰੂ ਅਵੇ ਪਾਸਟ ਚ ਦੇ ਰੱਖੀ ਐ ਸਭ ਤੋਂ ਪਹਿਲਾਂ ਦੇਖੋ ਇੱਥੇ ਥਰੂ ਜੇਕਰ ਹੁਣ ਆਪਾਂ ਇੱਥੇ ਇਸੇ ਤਰ੍ਹਾਂ ਲਿਖ ਦਾਂਗੇ ધ ਸਵੈਟਰ ਵਾਸ ਫੁੱਲ ਆਫ ਹੋਲਸ ਸੋ ਆਈ So, throw away it ਤਾਂ ਇਹ ਵੀ ਬਿਲਕੁਲ ਠੀਕ ਹੈ ਕਿਉਂਕਿ ਇਹਨਾਂ ਨੇ ਕਿਹਾ ਸਮ ਟਾਈਮਸ ਇੱਕ ਤੋਂ ਜ਼ਿਆਦਾ ਆਨਸਰ ਵੀ ਪੋਸੀਬਲ ਹੈਗੇ ਨੇ ਤਾਂ ਇੱਥੇ ਤੁਸੀਂ ਇਹ ਵੀ ਲਿਖ ਸਕਦੇ ਹੋ so i throw away it ਜਾਂ ਫਿਰ so i throw it away ਤਾਂ ਇਹ ਵੀ ਬਿਲਕੁਲ ਰਾਈਟ ਹੈ ਅੱਗੇ ਦੇਖੋ ਸੈਕੰਡ ਸੈਕੰਡ ਦੇ ਵਿੱਚ ਕੀ ਕਹਿ ਰਿਹਾ ਹੈ i have ਇੱਥੇ ਦਾ put up that pictures we bought last week ਜਿਹੜੀ ਆਪਾਂ ਲਾਸਟ ਵੀਕ ਪਿਕਚਰਜ਼ ਲਈਆਂ ਸੀ ਉਹ ਮੈਂ ਪੁੱਟ ਅਪ ਮਤਲਬ ਪੁੱਟ ਅਪ ਕੇ ਜੜਾਉਣਾ ਉਹ ਮੈਂ ਜੜਵਾ ਲਈਆਂ ਇੱਕ ਹੀ ਸਪੇਸ ਦਿੱਤੀ ਹੈ ਤਾਂ ਇੱਥੇ ਪੁੱਟ ਅਪ ਹੀ ਆ ਜਾਏਗਾ ਪੁੱਟ ਅਪ ਕਿਉਂਕਿ ਇੱਥੇ ਹੈਗਾ ਆਈ ਹੈਵ ਤਾਂ ਕਰਕੇ ਪੁੱਟ ਦੀ ਥਰਡ ਫਾਰਮ ਹੈ ਕਿਉਂਕਿ ਪੁੱਟ ਦੀ ਤਿੰਨੋਂ ਫਾਰਮ ਇੱਕੋ ਹੀ ਫਾਰਮ ਦੇ ਵਿੱਚ ਹੁੰਦੀਆਂ ਨੇ ਪੀ ਯੂ ਟੀ ਇਹੀ ਸਪੈਲਿੰਗ ਹੁੰਦੀ ਨੇ ਪੁੱਟ 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 ਇਸ ਕਰਕੇ ਇੱਥੇ ਯਾਦ ਰੱਖਣਾ ਇਹ ਥਰਡ ਫਾਰਮ ਹੈ ਆਈ ਹੈਵ ਪੁੱਟ ਥਰਡ ਫਾਰਮ ਹੈ ਆਈ ਹੈਵ ਪੁੱਟ ਅਪ ਦੈਟ ਪਿਕਚਰਸ ਵੀ ਬਾਊਟ ਲਾਸਟ ਵੀਕ ਅੱਗੇ ਦੇਖੋ ਹੁਣ ਫਸਟ ਥੇਅਰ ਇਜ਼ ਆਲਵੇਜ਼ ਲਿਟਰ ਹੇਅਰ ਕਹਿੰਦਾ ਇੱਥੇ ਹਮੇਸ਼ਾ ਆਲਵੇਜ਼ ਲਿਟਰ ਲਿਟਰ ਕੀ ਹੁੰਦਾ ਕੂੜਾ ਕਰਕਟ ਗੰਦਗੀ ਆ ਜਿਹੜੀ ਉਹ ਹਮੇਸ਼ਾ ਰਹਿੰਦੀ ਆ ਇੱਥੇ no one ever ਕੋਈ ਵੀ ਕਦੇ ਵੀ no one ever it ਮਤਲਬ ਕਿ ਪਿਕ ਅਪ ਪਿਕ ਅਪ ਹੁੰਦਾ ਚੱਕਣਾ ਵੀ ਇਸ ਨੂੰ ਕੋਈ ਵੀ ਨਹੀਂ ਚੱਕਦਾ ਤਾਂ ਆਪਾਂ ਕਹਿ ਸਕਦੇ ਆ no one ever pick no one ever pick it up pick it up ਤਾਂ ਦੋਨੋਂ ਆਪਾਂ ਸਪੇਸ ਦੇ ਵਿੱਚ ਇਸ ਨੂੰ ਭਰ ਸਕਦੇ ਆ no one ever pick it up ਵੀ ਕੋਈ ਵੀ ਇਸ ਨੂੰ ਨਹੀਂ ਚੱਕਦਾ ਸੈਕੰਡ

ਮਤਲਬ ਕਿ ਇੱਕ ਤੋਂ ਜ਼ਿਆਦਾ ਆਨਸਰ ਇਸ ਦੇ ਵਿੱਚ ਵੀ ਸੰਭਵ ਨੇ ਆਈ ਥਿੰਕ ਆਈ ਵਿਲ ਪੁੱਟ ਮਾਈ ਕੋਟ ਔਨ ਤਾਂ ਬਿਲਕੁਲ ਰਾਈਟ ਹੈ ਤੀਸਰਾ ਦੇਖੋ ਆਈ ਹੈਵ ਨਾਟ ਹੀਅਰਡ ਫਰੋਮ ਰੀਤਾ ਲੇਟਲੀ ਮਤਲਬ ਰੀਤਾ ਦੇ ਬਾਰੇ ਮੈਂ ਨਹੀਂ ਸੁਣਿਆ ਆਈ ਮਾਈਟ ਹਰ ਮਤਲਬ ਕਿ ਰਿੰਗ ਅਪ ਰਿੰਗ ਅਪ ਫੋਨ ਕਰਨਾ ਮਤਲਬ ਕਿ ਮੈਨੂੰ ਉਸ ਨੂੰ ਫੋਨ ਕਰਨਾ ਚਾਹੀਦਾ ਹੈ ਤਾਂ ਇਹ ਆ ਜਾਏਗਾ ਆਈ ਮਾਈਟ ਆਈ ਮਾਈਟ ਰਿੰਗ ਹਰ ਅਪ ਤਾਂ ਆਈ ਮਾਈਟ ਰਿੰਗ ਹਰ ਅਪ ਅੱਗੇ ਦੇਖੋ ਡੈਨੀਅਲ ਹੈਜ਼ ਟੂ ਗੋ ਇਨਟੂ ਕਾਲਜ ਡੈਨੀਅਲ ਜਿਹੜਾ ਉਸ ਨੂੰ ਕਾਲਜ ਹੈ ਜਿਹੜਾ ਜਾਣਾ ਪੈਂਦਾ ਹੈ ਟੂ ਹਿਸ ਪ੍ਰੋਜੈਕਟ ਮਤਲਬ ਕਿ ਹੈਂਡ ਇਨ ਹੈਂਡ ਇਨ ਮਤਲਬ ਕਿ ਪ੍ਰੋਜੈਕਟ ਹੈ ਜਿਹੜਾ ਉਸ ਨੂੰ ਕਰਨ ਵਾਸਤੇ ਉਸ ਨੂੰ ਜਾਣਾ ਪੈਂਦਾ ਟੂ ਹੈ ਤਾਂ ਵਰਬ ਦੀ ਫਸਟ ਫਾਰਮ ਹੀ ਆਏਗੀ ਟੂ ਹੈਂਡ ਹਿਸ ਪ੍ਰੋਜੈਕਟ ਇਨ ਅੱਗੇ ਪੰਜਵਾਂ ਆਈ ਕਾਂਟ ਰਿਮੈਂਬਰ ਦ ਐਡਰੈਸ ਜਿਹੜਾ ਮਤਲਬ ਐਡਰੈਸ ਹੈ ਉਹ ਮੈਂ ਯਾਦ ਨਹੀਂ ਕਰ ਸਕਦਾ ਆਈ ਵਿਸ਼ ਕਾਸ਼ ਕਿੰਦਾ ਆਈ ਵਿਸ਼ ਆਈ ਡੈਸ਼ ਇਟ ਹੁਣ ਇੱਥੇ ਹੈਗਾ ਰਾਈਟ ਡਾਊਨ ਸਭ ਤੋਂ ਪਹਿਲਾਂ ਇੱਥੇ ਦੇਖੋ ਰਾਈਟ ਆਏਗਾ ਹੁਣ ਰਾਈਟ ਹੈ ਇਸ ਦਾ ਜਿਹੜਾ ਮਤਲਬ ਹੈ ਅਪੋਸਟ੍ਰੋਫੀ ਡੀ ਦਾ ਮਤਲਬ ਵੁੱਡ ਵੀ ਹੁੰਦਾ ਹੈ ਔਰ ਇਸ ਦਾ ਮਤਲਬ ਹੈਡ ਵੀ ਹੁੰਦਾ ਬਟ ਇੱਥੇ ਇਸ ਦਾ ਮਤਲਬ ਵੁੱਡ ਇਸ ਲਈ ਨਹੀਂ ਹੋ ਸਕਦਾ ਜੇਕਰ ਇਸ ਦਾ ਮਤਲਬ ਆ ਬੁੱਡ ਲਿਖਾਂਗੇ ਤਾਂ ਬੁੱਡ ਤੋਂ ਬਾਅਦ ਰਾਈਟ ਵਰਬ ਦੀ ਫਾਰਮ ਨਹੀਂ ਆਏਗੀ ਇਸ ਤਰ੍ਹਾਂ ਨਹੀਂ ਹੈਗਾ ਆਈ ਵੁੱਡ ਰਾਈਟ ਜਾਂ ਆਈ ਵੁੱਡ ਰਿਟਰ ਨਹੀਂ ਆਈ ਹੈਡ ਔਰ ਹੈਡ ਤੋਂ ਬਾਅਦ ਵਰਬ ਦੀ ਥਰਡ ਫਾਰਮ ਹੋਏਗੀ ਤਾਂ ਕਰਕੇ ਰਿਟਨ ਆਈ ਊਡ ਰਿਟਨ ਇਟ ਡਾਊਨ ਵਿਕਾਸ਼ ਮੈਂ ਇਸ ਨੂੰ ਲਿਖ ਕੇ ਜਿਹੜਾ ਲਿਖ ਕੇ ਰੱਖਿਆ ਹੁੰਦਾ ਨਿਕ ਇਜ਼ ਟ੍ਰਾਈਂਗ ਟੂ ਨਿਕ ਟਰਾਈ ਕਰ ਰਿਹਾ ਕੀ ਟਰਾਈ ਕਰ ਰਿਹਾ ਟ੍ਰਾਈਂਗ ਟੂ ਆਲ ਦਾ ਮਨੀ ਹੀ ਹੈਜ਼ ਜਸਟ ਲੋਸਟ ਦੇਖੋ ਟਰਾਈ ਟੂ ਤੋਂ ਬਾਅਦ ਵਰਬ ਦੀ ਫਸਟ ਫਾਰਮ ਵਿਨ ਹੁਣ ਦੇਖੋ ਜੀ ਆਪਾਂ ਕਹਾਂਗੇ ਨਿਕ ਇਜ਼ ਟ੍ਰਾਈਿੰਗ ਟੂ ਵਿਨ 올 ਦਾ ਮਨੀ ਹੀ ਹੈਜ਼ ਜਸਟ ਲੌਸਟ ਬੈਕ ਜਸਟ ਲੌਸਟ ਬੈਕ ਨਹੀਂ ਟ੍ਰਾਈ ਟੂ ਵਿਨ ਬੈਕ ਦੁਬਾਰਾ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਜਿਹੜੀ ਲਾਸਟ ਵਾਲੀ ਸਪੇਸ ਹੈ ਖਾਲੀ ਹੀ ਰਹੂਗੀ ਕਿਉਂਕਿ ਇੱਥੇ ਕਹਿ ਰਿਹਾ ਨਿਕ ਇਜ਼ ਟ੍ਰਾਈਿੰਗ ਟੂ ਵਿਨ ਬੈਕ ਨਿਕ ਦੁਬਾਰਾ ਵਾਪਸ ਜਿੱਤਣਾ ਚਾਹੁੰਦਾ ਹੈ 올 ਦਾ ਮਨੀ ਉਹ ਸਾਰਾ ਪੈਸਾ ਕਿਹੜਾ he has just lost ਜਿਹੜਾ ਕਿ ਉਹ ਹਾਰ ਚੁੱਕਿਆ ਜੇਕਰ ਆਪਾਂ ਬੈਕ ਪਿੱਛੇ ਲਿਖ ਦਾਂਗੇ ਤਾਂ ਇਸ ਦੀ ਸੈਂਸ ਹੈ ਜਿਹੜੀ ਉਹ ਅਲੱਗ ਬਣ ਜੂਗੀ ਤਾਂ ਇਸ ਦਾ ਮਤਲਬ ਬਣ ਜੂਗਾ nick is trying to win nick ਜਿੱਤਣਾ ਚਾਹੁੰਦਾ ਆਲ ਦਾ ਮਨੀ ਸਾਰੀ ਮਨੀ ਜਿੱਤਣਾ ਚਾਹੁੰਦਾ he has just lost back ਜਿਹੜੀ ਉਹ ਹਾਰ ਚੁੱਕਿਆ ਹੈ ਬੈਕ ਮਤਲਬ ਦੁਬਾਰਾ ਹਾਰ ਚੁੱਕਿਆ ਨਹੀਂ ਇਹ ਸੈਂਸ ਨਹੀਂ ਬਣਦੀ ਤਾਂ ਇੱਥੇ ਆਏਗਾ ਇਹ ਵਾਲਾ ਜਿਹੜਾ ਇਸ ਨੂੰ ਆਪਾਂ ਖਾਲੀ ਛੱਡ ਸਕਦੇ ਹਾਂ ਸੱਤਵਾਂ i am not going to have time ਟੂ ਥੀਸ ਡਿਸ਼ੇਸ ਵਾਸ਼ ਅਪ ਮਤਲਬ ਧੋਣਾ ਮੇਰੇ ਕੋਲ ਇਹਨਾਂ ਦੀਆਂ ਡਿਸ਼ੇਸ ਨੇ ਧੋਣ ਦਾ ਟਾਈਮ ਹੈ ਜਿਹੜਾ ਉਹ ਮੇਰੇ ਕੋਲ ਨਹੀਂ ਹੈਗਾ ਤਾਂ ਇੱਥੇ ਕਰਕੇ ਟੂ ਹੈ ਟੂ ਤੋਂ ਬਾਅਦ ਵਾਸ਼ ਵਰ ਦੀ ਫਸਟ ਫਾਰਮ ਵਾਸ਼ ਟੂ ਵਾਸ਼ ਥੀਸ ਡਿਸ਼ੇਸ ਅਪ ਤਾਂ ਇੱਥੇ ਅਪ ਆ ਸਕਦਾ ਹੈ ਬਿਲਕੁਲ ਅਪ ਲਗਾ ਸਕਦੇ ਆ ਅੱਠਵਾ ਇਫ ਯੂ ਡੋਨਟ ਨੋ ਦ ਨੰਬਰ ਮਤਲਬ ਜੇਕਰ ਤੁਸੀਂ ਨੰਬਰ ਹੈ ਜਿਹੜਾ ਉਹ ਨਹੀਂ ਜਾਣਦੇ ਯੂ ਕੈਨ ਇਟ ਲੁੱਕ ਆ ਗਿਆ ਇਨ ਦਾ ਫੋਨ ਬੁੱਕ ਤੁਸੀਂ ਫੋਨ ਬੁੱਕ ਦੇ ਵਿੱਚ ਦੇਖ ਸਕਦੇ ਹੋ ਤਾਂ ਯੂ ਕੈਨ ਤੋਂ ਬਾਅਦ ਵਰਦੀ ਫਸਟ ਫਾਰਮ ਯੂ ਕੈਨ ਲੁੱਕ ਇਟ ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿੱਥੋਂ ਅਪ ਇਨ ਦਾ ਫੋਨ ਬੁੱਕ ਜਾਂ ਫਿਰ ਤੁਸੀਂ ਇਹ ਵੀ ਕਰ ਸਕਦੇ ਹੋ ਇਫ ਯੂ ਡੋਨਟ ਨੋ ਦਾ ਨੰਬਰ ਯੂ ਕੈਨ ਲੁੱਕ ਅਪ ਇਟ ਇਨ ਦਾ ਫੋਨ ਬੁੱਕ ਅਪ ਇੱਥੇ ਵੀ ਤੁਸੀਂ ਲਗਾ ਸਕਦੇ ਹੋ ਬਿਲਕੁਲ ਰਾਈਟ ਹੈ ਨੋਮਾ देयर वाज एन एक्सीडेंट ਵਿਚ ਕਹਿੰਦਾ ਇੱਥੇ ਐਕਸੀਡੈਂਟ ਹੋਇਆ ਸੀ देयर ਵਾਸ ਐਨ ਐਕਸੀਡੈਂਟ ਵਿਚ 올 ਦਾ ਟ੍ਰੈਫਿਕ ਕਮਿੰਗ ਇਨਟੂ Town ਹੈਲਡ ਅਪ ਹੈਲਡ ਅਪ ਹੁੰਦਾ ਰੁਕਣਾ ਜਿਸਨੇ ਕੀ ਸਾਰੀ ਟ੍ਰੈਫਿਕ ਨੂੰ ਰੋਕ ਦਿੱਤਾ ਵਿਚ ਹੈਲਡ ਅਪ ਸੈਕੰਡ ਫਾਰਮ ਹੀ ਆਏਗੀ ਹੈਲਡ ਅਪ ਇਕੱਠਾ ਇੱਥੇ ਲਗਾਵਾਂਗੇ ਕਿਉਂਕਿ ਵਾਸ ਹੈ held up ਇੱਥੇ ਲਗਾਵਾਂਗੇ ਫਿਰ ਹੀ ਇਸ ਦਾ मीनिंग ਬਣਿਆ 올 द ट्रैफिक ਕਮਿੰਗ ਇਨਟੂ ਟਾਊਨ ਜਿਹੜੀ ਟਾਊਨ ਦੇ ਆ ਰਹੀ ਸੀ ਜੇਕਰ ਆਪਾਂ ਆਪਾ ਪਿੱਛੇ ਲਗਾਵਾਂਗੇ ਤਾਂ ਇਸ ਦਾ मीनिंग ਬਣ ਜਿਗਾ देयर वाज एन ਐਕਸੀਡੈਂਟ ਵਿਚ ਹੈਲਡ 올 ਦਾ ਟ੍ਰੈਫਿਕ ਕਮਿੰਗ ਇਨਟੂ ਟਾਊਨ ਅਪ ਕਮਿੰਗ ਇਨਟੂ ਟਾਊਨ ਅਪ ਨਹੀਂ ਇਸ ਲਈ ਇਸ ਨੂੰ ਆਪਾਂ ਖਾਲੀ ਰੱਖਾਂਗੇ ਇਹ ਰੋਂਗ ਹੈ 10ਵਾਂ ਦ ਵਰਡਸ ਐਕਸੈਪਟ ਐਂਡ ਐਕਸ ਦ ਵਰਡਸ ਐਕਸਪੈਕਟ ਸੌਰੀ ਦ ਵਰਡਸ ਐਕਸਪੈਕਟ ਐਂਡ ਐਕਸੈਪਟ ਆਰ ਸੋ ਸਿਮਿਲਰ ਇਹ ਬਹੁਤ ਮਤਲਬ ਸਿਮਿਲਰ ਨੇ ਇਹਨਾਂ ਦਾ ਮਤਲਬ ਹੁੰਦਾ ਐਕਸਪੈਕਟ ਦਾ ਹੁੰਦਾ ਕਿਸ ਤੋਂ ਉਮੀਦ ਰੱਖਣੀ ਐਂਡ ਐਕਸੈਪਟ ਹੁੰਦਾ ਇਲਾਵਾ ਦੇ ਇਲਾਵਾ ਆਰ ਸੋ ਸਿਮਿਲਰ ਥੈਟ ਆਈ ਕੀਪ ਮਤਲਬ ਇੰਨੇ ਸਿਮਿਲਰ ਨੇ ਆਈ ਕੀਪ ਥੈਮ ਮਤਲਬ ਮਿਕਸ ਅਪ ਮੈਂ ਇਹਨਾਂ ਨੂੰ ਮਿਕਸ ਅਪ ਕਰ ਦੇਣਾ ਆਈ ਕੀਪ ਮਿਕਸ ਆਈ ਕੀਪ ਮਿਕਸ ਥੈਮ ਅਪ I keep mix up them ਇਸ ਤਰ੍ਹਾਂ ਵੀ ਹੋ ਸਕਦੇ ਨੇ I keep mix up them ਕਿਉਂਕਿ ਇੱਕ ਤੋਂ ਜ਼ਿਆਦਾ ਆਨਸਰ ਵੀ ਪੋਸੀਬਲ ਨਹੀਂ ਸੋ ਇਹ ਜਿਹੜੀ ਐਕਸਰਸਾਈਜ਼ ਹੈ ਦਾ ਬਿਲਕੁਲ ਸਿੰਪਲ ਹੈ ਇਸ ਦੇ ਵਿੱਚ ਆਪਾਂ ਨੂੰ ਫਰੇਜ਼ਲ ਵਰਬ ਪਹਿਲਾਂ ਤੋਂ ਹੀ ਦਿੱਤੇ ਹੋਏ ਨੇ ਉਹਨਾਂ ਨੂੰ ਤੁਸੀਂ ਆਰਾਮ ਦੇ ਨਾਲ ਲਿਖਦੇ ਜਾਣਾ ਤੁਹਾਨੂੰ ਆਪਣੇ ਆਪ ਵੀ ਪਤਾ ਚਲੇਗਾ ਜੇਕਰ ਤੁਹਾਨੂੰ ਸੈਂਸ ਆਉਂਦੀ ਹੈ ਸੈਂਟੈਂਸ ਦੀ ਪੰਜਾਬੀ ਆਉਂਦੀ ਹੈ ਕਿ ਕਿਹੜੀ ਸਪੇਸ ਖਾਲੀ ਰਹੇਗੀ ਕਿਹੜੀ ਖਾਲੀ ਨਹੀਂ ਰਹੇਗੀ ਤੁਸੀਂ ਸਿਰਫ ਇਹ ਗੱਲ ਦਾ ਯਾਦ ਰੱਖਣਾ ਹੈ ਇਹ ਗੱਲ ਦਾ ਧਿਆਨ ਰੱਖਣਾ ਹੈ ਜੇਕਰ ਸੈਂਟੈਂਸ ਪਾਸਟ ਦੇ ਵਿੱਚ ਹੈ ਤਾਂ ਜਿਹੜੀ ਵਰਬ ਹੈ ਉਹ ਪਾਸਟ ਦੇ ਵਿੱਚ ਕਰਨੀ ਹੈ ਜੇਕਰ ਪ੍ਰੈਜ਼ੈਂਟ ਦੇ ਵਿੱਚ ਹੈ ਤਾਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਕਰਨੀ ਹੈ ਟੂ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਹੀ ਰੱਖਣੀ ਹੈ ਕੋਈ ਵੀ ਮਾਡਲ ਵਰਬ ਹੈ ਉਸ ਤੋਂ ਬਾਅਦ ਵੀ ਵਰਬ ਦੀ ਫਰਸਟ ਫਾਰਮ ਦਾ ਹੀ ਤੁਸੀਂ ਨੇ ਯੂਜ਼ ਕਰਨਾ ਸੋ ਏਸੀ ਆਪਣੀ ਐਕਸਰਸਾਈਜ਼ ਨੰਬਰ 128 ਜਿਹੜੇ ਇਹ ਫਰੇਜ਼ਲ ਵਰਬ ਵਾਲੀਆਂ ਐਕਸਰਸਾਈਜ਼ਸ ਨੇ ਇਹ ਐਕਸਰਸਾਈਜ਼ ਹੋਗੀ ਇਸ ਤੋਂ ਅਗਲੀ ਵੀ ਹੋਏਗੀ ਇਹ ਸਾਰੀਆਂ ਐਕਸਰਸਾਈਜ਼ਸ ਇਹਨਾਂ ਦੇ ਵਿੱਚ ਕੀ ਹੈ ਜਿਹੜੇ ਰੂਲਸ ਨੇ ਉਹ ਸਮਝਣ ਵਾਲੇ ਨਹੀਂ ਹੈਗੇ ਸਿਰਫ ਯਾਦ ਰੱਖਣ ਵਾਲੀਆਂ ਗੱਲਾਂ ਨੇ ਫਰੇਜ਼ਲ ਵਰਬਸ ਨੇ ਜਿਹੜੇ ਆਪਾਂ ਨੂੰ ਯਾਦ ਰੱਖਣੇ ਪੈਣਗੇ ਸਿਰਫ ਇੱਕੋ ਇੱਕ ਕੇਸ ਦਾ ਇਹ ਤਰੀਕਾ ਹੈ ਇਸ ਨੂੰ ਨੋਟਬੁੱਕ ਦੇ ਉੱਪਰ ਸਾਰੇ ਹੀ ਫਰੇਜ਼ਲ ਵਰਬਸ ਨੇ ਜਿਹੜੇ ਉਹਨਾਂ ਨੂੰ ਤੁਸੀਂ ਨੇ ਯਾਦ ਰੱਖਣਾ ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ